ਸਿੱਖ ਮਹਿਸੂਸ ਕਰ ਰਹੇ ਆ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਔਰ ਇਸ ਲਈ ਜ਼ਿੰਮੇਵਾਰ ਤਿੰਨ ਬੰਦਿਆਂ ਨੂੰ ਉਹ ਸਮਝਦੇ ਆ, ਸਿਮਰਜੀਤ ਸਿੰਘ ਮਾਨ, ਮੰਡ ਅਤੇ ਦਾਦੂਵਾਲ। ਔਰ ਇਹ ਤਿੰਨੇ ਬੰਦੇ ਇਸ ਦੇ ਗੁਨਾਹਗਾਰ ਆ, ਤਿੰਨੇ ਬੰਦਿਆਂ ਨੂੰ ਇਸ ਲਈ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਜਥੇਦਾਰ ਧਿਆਨ ਸਿੰਘ ਮੰਡ ਨੂੰ ਸਵਾਲਾਂ ਦੀ ਕਚਹਿਰੀ 'ਚ ਰੱਖ ਕੇ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ। ਜਿੱਥੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ, ਉੱਥੇ ਹੀ ਸਿੱਖ ਵਿਦਵਾਨ ਵੀ ਹੁਣ ਜਥੇਦਾਰ ਧਿਆਨ ਸਿੰਘ ਮੰਡ ਦੇ ਖਿਲਾਫ ਹੁੰਦੇ ਨਜ਼ਰ ਆ ਰਹੇ ਨੇ। ਸਿੱਖ ਵਿਦਵਾਨ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਤੇ ਖਾਲਸਾ ਪੰਚਾਇਤ ਦੇ ਆਗੂ ਰਾਜਿੰਦਰ ਸਿੰਘ ਸਮੇਤ ਕੈਪਟਨ ਚੰਨਣ ਸਿੰਘ ਸਿੱਧੂ ਨੇ ਬਰਗਾੜੀ ਮੋਰਚਾ ਉਠਾਉਣ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਇਹਨਾਂ ਆਗੂਆਂ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਭਾਜਪਾ ਦੀ ਪੰਜਾਬ ਸਰਕਾਰ ਨੇ ਸਿੱਖਾਂ ਨਾਲ ਧਰੋਹ ਕਮਾਇਆ ਸੀ, ਹੁਣ ਕੁਝ ਪੰਥਕ ਆਗੂ ਖਾਣ ਵਾਲਿਆਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਨਾਲ ਮਿਲ ਕੇ ਸਿੱਖਾਂ ਨਾਲ ਧੋਖਾ ਕੀਤਾ। ਬਰਗਾੜੀ ਮੋਰਚੇ ਦੇ ਵਿੱਚ ਮੋਰਚਾ ਬੰਦ ਕੀਤਾ, ਉਹਨਾਂ ਨੇ ਸਮਝੌਤਾ ਕੀਤਾ ਸਰਕਾਰ ਦੇ ਨਾਲ, ਉਸ ਨੇ ਸਿੱਖਾਂ ਨੂੰ ਸਾਰੀ ਦੁਨੀਆ 'ਚ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ। ਸਿੱਖ ਮਹਿਸੂਸ ਕਰ ਰਹੇ ਆ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ, ਬਹੁਤ ਵੱਡੀ ਬੇਈਮਾਨੀ ਹੋਈ ਔਰ ਇਸ ਲਈ ਜ਼ਿੰਮੇਵਾਰ ਤਿੰਨ ਬੰਦਿਆਂ ਨੂੰ ਉਹ ਸਮਝਦੇ ਆ, ਸਿਮਰਜੀਤ ਸਿੰਘ ਮਾਨ, ਮੰਡ ਅਤੇ ਦਾਦੂਵਾਲ। ਔਰ ਇਹ ਜਿਹੜਾ ਹੋਇਆ, ਜੋ ਕੁਛ ਘਟਨਾਕ੍ਰਮ, ਇਹ ਬੜਾ ਦੁਖਦਾਈ ਹੈ। ਜਿਹੜੀਆਂ ਤਿੰਨੇ ਮੰਗਾਂ ਪੰਥ ਨੇ ਰੱਖੀਆਂ ਸੀ, ਪੰਥ ਦਾ ਮੋਰਚਾ ਸੀ, ਗੁਰੂ ਨੂੰ ਸਮਰਪਿਤ ਸੀ, ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸੀ ਔਰ ਉਸ ਨੂੰ ਹਾਈਜੈਕ ਕਰ ਲਿਆ ਸੀ ਇਹਨਾਂ ਤਿੰਨਾਂ ਬੰਦਿਆਂ ਨੇ ਆਪਣੇ ਹੱਥ ਵਿੱਚ ਕੰਟਰੋਲ ਲੈ ਕੇ ਔਰ ਉਸ ਦੇ ਵਿੱਚ ਧੋਖਾਧੜੀ ਕਰਕੇ ਸਿੱਖ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਇਹਨਾਂ ਤਿੰਨਾਂ ਬੰਦਿਆਂ ਨੇ। ਔਰ ਇਹ ਤਿੰਨੇ ਬੰਦੇ ਇਸ ਦੇ ਗੁਨਾਹਗਾਰ ਆ, ਤਿੰਨੇ ਬੰਦਿਆਂ ਨੂੰ ਇਸ ਲਈ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਗੁਰੂ ਤੋਂ। ਗੁਰੂ ਹੀ ਸਮਰੱਥ ਹੈ, ਤੋ ਇਹਨਾਂ ਨੇ ਗੁਰੂ ਨੂੰ ਬਿਟਰ ਕੀਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਸਾਰਾ ਜਿਹੜਾ ਮੋਰਚਾ ਉਹ ਚੱਲ ਰਿਹਾ ਸੀ। ਲੋਕ ਗੁਰੂ ਨੂੰ ਸਮਰਪਿਤ ਹੋ ਕੇ ਉੱਥੇ ਆ ਰਹੇ ਸੀ, ਲੱਖਾਂ ਦੀ ਤਾਦਾਦ ਦੇ ਵਿੱਚ ਆਏ ਆ ਔਰ ਲੋਕਾਂ ਨੇ ਆਪਣਾ ਤਨ ਮਨ ਧਨ ਸਮਰਪਿਤ ਕੀਤਾ ਔਰ ਧਨ ਇਹਨਾਂ ਨੇ ਖਾ ਲਿਆ, ਤਨ ਅਤੇ ਮਨ ਨੂੰ ਇਹਨਾਂ ਨੇ ਬਿਟਰੇ ਕਰ ਦਿੱਤਾ। ਤੋ ਇਹ ਜਵਾਬ ਦੇ ਹੋਣਗੇ ਗੁਰੂ ਨੂੰ ਔਰ ਗੁਰੂ ਇਹਨਾਂ ਨੂੰ ਢੁਕਵੀਆਂ ਸਜ਼ਾਵਾਂ ਦੇਵੇਗਾ। ਪੰਥ ਦੀ ਤਰਕਾਰ, ਪੰਥ ਦੀਆਂ ਦੁਰਸੀਸਾਂ ਇਹ ਲੈ ਕੇ ਜਾ ਰਿਹਾ ਇਸ ਕਿਸਮ ਦੀ ਬਿਟਰੇਲ ਦੇ ਨਾਲ। ਇਸੇ ਤਰ੍ਹਾਂ ਖਾਲਸਾ ਪੰਚਾਇਤ ਦੇ ਆਗੂ ਰਾਜਿੰਦਰ ਸਿੰਘ ਨੇ ਵੀ ਬਰਗਾੜੀ ਮੋਰਚੇ ਦੀ ਸਮਾਪਤੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਨੇ। ਉਹਨਾਂ ਇਹ ਵੀ ਕਿਹਾ ਕਿ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਬਾਹਰੋਂ ਆਏ ਪੈਸੇ ਦਾ ਪੂਰਾ ਹਿਸਾਬ ਕਿਤਾਬ ਸੰਗਤ ਸਾਹਮਣੇ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਐਤਵਾਰ ਨੂੰ ਬਰਗਾੜੀ ਵਾਲਾ ਮੋਰਚਾ ਖਤਮ ਹੋਇਆ ਹੈ, ਇਹਨੇ ਸਾਰੀ ਸਿੱਖ ਕੌਮ ਦੇ ਵਿੱਚ ਇੱਕ ਬੜੀ ਵੱਡੀ ਨਿਰਾਸ਼ਤਾ ਪੈਦਾ ਕੀਤੀ ਹੈ। ਸਿੱਖ ਕੌਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ। ਜਦੋਂ ਇੱਕ ਇਹ ਮੋਰਚਾ ਸ਼ੁਰੂ ਹੋਇਆ ਸੀ, ਇੱਕ ਆਸ ਜਾਗੀ ਸੀ ਕਿ ਸਾਨੂੰ ਇਨਸਾਫ ਮਿਲੇਗਾ, ਨਿਆਂ ਮਿਲੇਗਾ। ਇਸ ਮੋਰਚੇ ਦੀ ਦ੍ਰਿੜਤਾ ਦੇ ਨਾਲ, ਇਸ ਮੋਰਚੇ ਦੀ ਕਾਮਯਾਬੀ ਦੇ ਨਾਲ ਅਸੀਂ ਆਪਣੀਆਂ ਮੰਗਾਂ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਹੋਣਾ, ਆਪਣੇ ਸਿੱਖ ਸ਼ਾਂਤਮਈ ਸਿੱਖਾਂ ਦੇ ਉੱਤੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨਾ, ਔਰ ਇਸ ਤੋਂ ਇਲਾਵਾ ਤੀਸਰੀ ਜਿਹੜੀ ਮੰਗ ਸੀ ਕਿ ਜਿਹੜੇ ਸਾਡੇ ਸਿੱਖ ਜੇਲ੍ਹਾਂ ਦੇ ਵਿੱਚ ਨੇ ਜਿਨ੍ਹਾਂ ਦੀ ਕੈਦ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਰਿਹਾਅ ਕੀਤਾ ਜਾਵੇ, ਇਹ ਸਾਨੂੰ ਇਨਸਾਫ ਮਿਲੇਗਾ, ਨਿਆਂ ਮਿਲੇਗਾ, ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਹੋਣਗੀਆਂ। ਸਿੱਖ ਕੌਮ ਨੇ ਇਹਦੇ ਵਿੱਚ ਪੂਰਾ ਸਹਿਯੋਗ ਦਿੱਤਾ, ਗਿਣਤੀ ਕੋਈ ਨਹੀਂ ਕਿ ਕਿੰਨੇ ਸਿੱਖ ਜਿਹੜੇ ਨੇ ਇਸ ਮੋਰਚੇ ਦੇ ਵਿੱਚ ਰੋਜ਼ ਸ਼ਾਮਿਲ ਹੁੰਦੇ ਰਹੇ ਨੇ, ਲੇਕਿਨ ਉਹਦੇ ਬਾਅਦ ਲੀਡਰਾਂ ਨੇ ਇੱਕਦਮ ਜੋ ਕੋਈ ਗੁੱਪ ਚੁੱਪ ਅੰਦਰ ਹੀ ਕੋਈ ਸਰਕਾਰ ਨਾਲ ਸਮਝੌਤਾ ਕਰਕੇ ਇਸ ਮੋਰਚੇ ਨੂੰ ਚੁੱਕ ਦਿੱਤਾ ਹੈ ਬਗੈਰ ਕਿਸੇ ਮੰਗ ਦੇ ਮੰਨੇ ਜਾਣ ਦੇ। ਸਿਰਫ ਵਿਸ਼ਵਾਸ ਦੀ ਗੱਲ ਕੀਤੀ ਜਾ ਰਹੀ ਹੈ ਜੀ, ਉਹਨਾਂ ਵਿਸ਼ਵਾਸ ਦਵਾਇਆ, ਇਹ ਵਿਸ਼ਵਾਸ ਦੇ ਉੱਤੇ ਤਾਂ ਸਾਰੀ ਕੌਮ ਪਹਿਲਾਂ ਠੱਗੀ ਜਾ ਚੁੱਕੀ ਹੈ। ਲੌਂਗੋਵਾਲ ਨੂੰ ਵੀ ਵਿਸ਼ਵਾਸ ਦਵਾਇਆ ਸੀ ਜਿਹੜਾ ਅੱਜ ਤੱਕ ਪੂਰਾ ਨਾ ਹੋਇਆ, ਹੋਰ ਅਕਾਲੀ ਲੀਡਰਾਂ ਨੂੰ ਵਿਸ਼ਵਾਸ ਦਵਾਏ ਗਏ ਜਿਹੜੇ ਅੱਜ ਤੱਕ ਪੂਰੇ ਨਹੀਂ ਹੋਏ, ਔਰ ਉਹੀ ਕੰਮ ਜਿਹੜਾ ਇਹਨਾਂ ਨੇ ਕਰ ਦਿੱਤਾ। ਮੈਨੂੰ ਆਪਣੇ ਆਪ ਚੇਂਜ ਮਹਿਸੂਸ ਹੁੰਦਾ ਕਿ ਜਿਵੇਂ ਕਿਸੇ ਦੇ ਕਹੇ ਦੇ ਉੱਤੇ ਬੈਠੇ ਸਨ ਅਤੇ ਕਹੇ ਦੇ ਉੱਤੇ ਹੀ ਜਿਹੜਾ ਉੱਥੋਂ ਉੱਠ ਕੇ ਚਲੇ ਗਏ ਨੇ, ਇਹਦੇ ਵਿੱਚੋਂ ਕੌਮ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ। ਉਸ ਤੋਂ ਦੁਖਦਾਈ ਗੱਲ ਹੈ ਕਿ ਅੱਜ ਇਸ ਵੇਲੇ ਕੌਮ ਦੇ ਵਿੱਚ ਇੱਕ ਲੀਡਰਸ਼ਿਪ ਕ੍ਰਾਈਸਿਸ ਹੈ, ਬਾਦਲ ਦਲ ਜਿਹੜਾ ਉਹ ਰਿਜੈਕਟ ਹੋ ਚੁੱਕਾ ਸਿੱਖ ਕੌਮ 'ਚੋਂ, ਸਿੱਖ ਕੌਮ ਆਸ ਕਰ ਰਹੀ ਸੀ ਕਿ ਇੱਕ ਨਵੀਂ ਲੀਡਰਸ਼ਿਪ ਉਭਰੇਗੀ, ਔਰ ਕੌਮ ਦੀਆਂ ਉਹਨਾਂ ਆਸਾਂ ਦੇ ਉੱਤੇ ਵੀ ਪੂਰੀ ਤਰ੍ਹਾਂ ਪਾਣੀ ਫਿਰ ਗਿਆ। ਅੱਜ ਜੇ ਕੋਈ ਮੁੜ ਕੇ ਜਥੇਬੰਦੀ ਬਣਾ ਵੀ ਲੈਂਦੇ ਨੇ ਅਤੇ ਜਿਨ੍ਹਾਂ ਨੇ ਪਹਿਲਾਂ ਕੌਮ ਦੇ ਨਾਲ ਐਡਾ ਵੱਡਾ ਧੋਖਾ ਕੀਤਾ, ਉਹਨਾਂ ਉੱਤੇ ਸਿੱਖ ਕੌਮ ਕਿਵੇਂ ਵਿਸ਼ਵਾਸ ਕਰ ਸਕੇਗੀ, ਕਿਵੇਂ ਇਹਨਾਂ ਨੂੰ ਆਪਣੇ ਆਗੂ ਮੰਨ ਸਕੇਗੀ, ਕਿਵੇਂ ਇਹਨਾਂ ਦੇ ਉੱਤੇ ਕੋਈ ਇਹ ਆਸ ਕਰੇਗੀ ਕਿ ਕੌਮ ਨੂੰ ਸੁਚੱਜੀ ਅਗਵਾਈ ਦੇ ਕੇ ਪੰਜਾਬ ਦਾ ਕੋਈ ਹਿੱਤ ਕਰ ਸਕਣਗੇ। ਬਹੁਤ ਭਾਰੀ ਨਿਰਾਸ਼ਾ ਹੈ ਸਿੱਖ ਕੌਮ ਦੇ ਵਿੱਚ। ਮੈਂ ਭਰਪੂਰ ਲਫਜ਼ਾਂ 'ਚ ਇਹਦੀ ਜਿਹੜੀ ਹੈ ਨਿੰਦਾ ਕਰਨਾ, ਜਿਹੜਾ ਮੋਰਚਾ ਇੰਝ ਖਤਮ ਕੀਤਾ ਗਿਆ, ਔਰ ਇੱਕ ਮੰਗ ਕਰਦਾ ਕਿ ਜੋ ਵੀ ਪੈਸਾ ਆਇਆ ਉਹਦਾ ਹਰ ਇੱਕ ਪੈਸੇ ਦਾ ਹਿਸਾਬ ਜਿਹੜਾ ਸਿੱਖ ਕੌਮ ਨੂੰ ਦਿੱਤਾ ਜਾਵੇ, ਕਿੰਨਾ ਆਇਆ, ਕਿੱਥੋਂ ਆਇਆ, ਕਿੱਥੇ ਖਰਚ ਹੋਇਆ, ਉਹਦਾ ਇੱਕ ਪੂਰਾ ਜਿਹੜਾ ਇੱਕ ਬੈਲੈਂਸ ਸ਼ੀਟ ਬਣਾ ਕੇ ਜਿਹੜੀ ਹੈ ਉਹ ਕੌਮ ਦੇ ਅੱਗੇ ਰੱਖੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਸ ਤੋਂ ਬਾਅਦ ਹੁਣ ਵੱਖਰੇ ਤੌਰ 'ਤੇ ਕੈਪਟਨ ਚੰਨਣ ਸਿੰਘ ਸਿੱਧੂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਕੈਪਟਨ ਚੰਨਣ ਸਿੰਘ ਸਿੱਧੂ ਨੇ ਕਿਹਾ ਕਿ ਜਥੇਦਾਰ ਧਿਆਨ ਸਿੰਘ ਮਾਂਡੇ ਨਾਲ ਸੋਚ ਲੈਣ ਕਿ ਸਰਕਾਰ ਉੱਤੇ ਪ੍ਰੈਸ਼ਰ ਉਹਨਾਂ ਦੇ ਕਾਰਨ ਹੋਇਆ। ਉਹਨਾਂ ਕਿਹਾ ਇਹ ਤਾਂ ਸੰਗਤ ਦੇ ਇਕੱਠ ਨੇ ਸਰਕਾਰ ਦੀਆਂ ਜੜ੍ਹਾਂ ਹਿਲਾਈਆਂ ਸਨ। ਸ਼ਹਿ ਦਾ ਸਾਨੂੰ ਕੋਈ ਨਹੀਂ ਪਤਾ, ਸ਼ਹਿ ਤਾਂ ਅਸੀਂ ਨਹੀਂ ਕਹਿ ਸਕਦੇ ਕਿਹਦੀ ਸ਼ਹਿ ਨਾਲ ਹੋਇਆ, ਲੇਕਿਨ ਅਸੀਂ ਕਹਿ ਸਕਦੇ ਹਾਂ ਵੀ ਇਹ ਮੋਰਚਾ ਜਦੋਂ ਪਹਿਲੀ ਜੂਨ ਨੂੰ ਇਹ ਮੋਰਚਾ ਰੱਖਿਆ ਗਿਆ ਉਦੋਂ ਵੀ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਅਸੀਂ ਸੋਚਿਆ ਸਪੋਂਟੇਨੀਅਸਲੀ ਮੰਡ ਸਾਹਿਬ ਭਾਵੁਕ ਹੋ ਗਏ ਅਤੇ ਉਹਨਾਂ ਨੇ ਕਹਿ ਤਾ ਕਿ ਮੈਂ ਤਾਂ ਇੱਥੋਂ ਉੱਠਣਾ ਹੀ ਨਹੀਂ ਜਦ ਤੱਕ ਮੇਰੀਆਂ ਡਿਮਾਂਡ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਇੱਥੇ ਸਾਡੇ ਸਿੰਘ ਸ਼ਹੀਦ ਹੋਏ ਨੇ ਔਰ ਇੱਥੇ ਪੁਰਾਣੇ ਸੰਘਰਸ਼ੀਲ ਨੇ ਬਹੁਤ, ਔਰ ਅਸੀਂ ਇੱਥੋਂ ਬਿਲਕੁਲ ਨਹੀਂ ਉੱਠਣਾ ਜਦ ਤੱਕ, ਮੈਂ ਨਹੀਂ ਜਾਣਾ, ਤੁਸੀਂ ਜਾਣਾ ਜਾਓ ਅਤੇ ਮੈਂ ਨਹੀਂ ਜੇ ਜਾਣਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਮੋਰਚਾ ਰੱਖਿਆ ਗਿਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸੀ, ਸਾਰੇ ਸਿੱਖਾਂ ਦੇ ਜਿਹੜੇ ਦਿਲ ਸੀ ਉਹ ਵਲੂੰਦਰੇ ਹੋਏ ਸੀ, ਸਾਰੀ ਸਿੰਘ ਸੰਗਤ ਨੇ ਉਹਦੀ ਬੜੀ ਖੁਸ਼ੀ ਮਨਾਈ ਔਰ ਬੜਾ ਭੱਜ ਕੇ ਡਟ ਕੇ ਉਹਦਾ ਸਾਥ ਦਿੱਤਾ। ਲੱਖਾਂ ਕਰੋੜਾਂ ਦੇ ਜਿਹੜੇ ਸਿੱਖ ਅਬਰੋਡ ਨੇ ਉਹਨਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਉਹਨਾਂ ਨੇ ਬੜਾ ਸਾਥ ਦਿੱਤਾ ਕਿ ਕੋਈ ਤਾਂ ਨਿਤਰਿਆ ਸੂਰਮਾ ਜਿਹਨੇ ਇਹ ਕਹਿ ਗਿਆ ਮੈਂ ਤਾਂ ਜਾਂ ਮਰਾਂਗਾ ਅਤੇ ਜਾਂ ਇੱਕ ਆਪਣੇ ਮੰਗਾਂ ਮਨਾ ਕੇ ਉੱਠਾਂਗਾ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਕਾਤਲ ਨਹੀਂ ਫੜੇ ਜਾਂਦੇ ਔਰ ਜਿਨ੍ਹਾਂ ਨੇ ਸਾਡੇ ਮੁੰਡੇ ਸ਼ਹੀਦ ਕੀਤੇ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ, ਸਿੱਧਾ ਹੀ ਬਾਦਲਾਂ ਦਾ ਨਾਂ ਲੈਂਦਾ ਸੀ। ਉਨੀ ਦੇਰ ਤੱਕ ਮੈਂ ਇੱਥੋਂ ਨਹੀਂ ਉੱਠਾਂਗਾ ਅਤੇ ਮੰਗ ਤਾਂ ਇੱਕ ਵੀ ਪੂਰੀ ਨਹੀਂ ਹੋਈ, ਅਜੇ ਤਾਂ ਪ੍ਰੋਸੈਸ 'ਚ ਹੋ ਗਿਆ ਕੰਮ,
ਮੋਰਚੇ ਨਾਲ ਨਹੀਂ ਹੋਇਆ, ਮੰਡ ਦੇ ਨਾਲ ਨਹੀਂ ਹੋਇਆ, ਜਿਹੜਾ ਲੋਕਾਂ ਦਾ ਪ੍ਰੈਸ਼ਰ 14 ਤਰੀਕ ਨੂੰ ਲੱਖਾਂ ਦੀ ਗਿਣਤੀ 'ਚ ਉੱਥੇ ਇਕੱਠ ਹੋ ਕੇ ਲੋਕਾਂ ਨੇ ਸਰਕਾਰ ਨੂੰ ਦੱਸ ਦਿੱਤਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹਾਂ, ਅਸੀਂ ਇਸ ਮੋਰਚੇ ਦੇ ਨਾਲ ਹਾਂ, ਔਰ ਜਦ ਤੱਕ ਜੇ ਤੁਸੀਂ ਐਕਸ਼ਨ ਨਹੀਂ ਲਓਗੇ ਤੁਹਾਨੂੰ ਵੀ ਇਸੇ ਤਰ੍ਹਾਂ ਹੀ ਵਾਈਪ ਆਊਟ ਕਰ ਦਿੱਤਾ ਜਾਏਗਾ ਜਿਵੇਂ ਬਾਦਲਾਂ ਨੂੰ ਕੀਤਾ। ਤਾਂ ਰਿਪੋਰਟ ਸਾਹਮਣੇ ਆਈ ਵਿਧਾਨ ਸਭਾ ਦੀ ਕਿ ਉਹਦੇ ਸਾਫ ਆਇਆ ਕਿ ਸੁਖਬੀਰ ਬਾਦਲ ਨੇ ਝੂਠ ਬੋਲਿਆ ਸੀ, ਤੁਹਾਡੇ ਘਰ ਦਾ ਜ਼ਿਕਰ ਕੀਤਾ ਸੀ, ਤੁਹਾਡੇ ਘਰ ਮੀਟਿੰਗ ਹੋਈ ਹੈ, ਤੁਸੀਂ ਹਾਲਾਂਕਿ ਤਾਂ ਜੋ ਕਿ ਸਫਾਈ ਦਿੱਤੀ ਸੀ ਕਿ ਕੋਈ ਐਸ ਐਸ ਡੀ ਮੀਟਿੰਗ ਨਹੀਂ, ਹੁਣ ਸਾਫ ਹੋ ਗਈ ਹੈ, ਕੀ ਕਹਿਣਾ ਚਾਹੋਗੇ? ਮੈਂ ਤਾਂ ਦੇਖੋ ਸਮਝਦਾ ਹੀ ਰੌਲਾ ਪਾ ਰਿਹਾ ਸੀ ਕਿ ਮੇਰੇ ਘਰ ਜੱਜ ਕਿਉਂ ਆਏਗਾ, ਮੈਂ ਕੋਈ ਲੀਗਲ ਲਿਮਨਰੀ ਹਾਂ ਕਿ ਮੈਂ ਸੁਪਰੀਮ ਕੋਰਟ ਦਾ ਵਕੀਲ ਰਿਟਾਇਰਡ ਹਾਂ? ਉਹ ਤਾਂ ਬਾਦਲਾਂ ਦਾ ਡਰਾਮਾ, ਉਹ ਤਾਂ ਇਹਨਾਂ ਦਾ ਡਰਾਮਾ ਸੀਗਾ। ਦੇ ਵਾਂਟਡ ਕਿ ਇਹ ਲੋਕਾਂ ਦੀ ਅਟੈਂਸ਼ਨ ਜਿਹੜੀ ਹੈ ਉਹ ਡਿਵਰਟ ਕੀਤੀ ਜਾ, ਦੇਖੋ ਜੀ ਕਿੱਡਾ ਵੱਡਾ ਫਰੋਡ ਜੀ। ਉਹ ਇੱਕ ਦੋਨੋਂ ਸਾਰਾ ਬਣਵਾਈਆ, ਇਹ ਕੰਪਲਸਿਵ ਲਾਇਰ ਨੇ, ਕੰਪਲਸਿਵ ਝੂਠ ਬੋਲਣਾ ਇਹਨਾਂ ਦਾ ਆਦਤ ਹੈ, ਔਰ ਇਹਨਾਂ ਨੇ ਅਸੈਂਬਲੀ 'ਚ ਵੀ ਜਾ ਕੇ ਰੌਲਾ ਪਾਤਾ ਕਿ ਉੱਥੇ ਹੋਇਆ ਇਹ ਹੋਇਆ, ਹਾਲਾਂਕਿ ਉੱਥੇ ਕਮੇਟੀ ਜੋ ਬਣੀ ਉਹ ਕਮੇਟੀ ਦੀ ਜਿਹੜੀ ਰਿਪੋਰਟ ਆਈ ਹੈ, ਮੈਨੂੰ ਤਾਂ 15 ਦਿਨ ਪਹਿਲਾਂ ਹੀ ਜਿਹੜਾ ਇਹਨਾਂ ਦਾ ਮੀਡੀਆ ਅਕਾਲੀ ਦਲ ਦਾ ਮੀਡੀਆ ਅਡਵਾਈਜ਼ਰ ਸਰਕਾਰ ਬਾਰੇ, ਫਿਰ ਤੁਸੀਂ ਯੂ ਕਾਂਟ, ਤੁਹਾਡਾ ਮੋਰਚਾ ਨਹੀਂ ਹੈ, ਮਨ ਸਾਹਿਬ ਤਾਂ ਉੱਥੇ ਬੈਠੇ ਮੋਰਚਾ ਸੰਗਤ। ਇਹ ਮੋਰਚੇ ਦੀ ਸਮਾਪਤੀ ਭਾਵੇਂ ਕੋਈ ਵੀ ਕਾਰਨ ਕਰਕੇ ਕਿਉਂ ਨਾ ਹੋਈ ਹੋਵੇ, ਪਰ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਸੰਗਤ ਨੂੰ ਭਰੋਸੇ ਵਿੱਚ ਨਾ ਲੈਣਾ ਵੱਡੀ ਗਲਤੀ ਜਾਪ ਰਿਹਾ, ਅਤੇ ਇਸ ਦੇ ਕਰਕੇ ਹੀ ਜਥੇਦਾਰ ਧਿਆਨ ਸਿੰਘ ਮੰਡ ਹੁਣ ਬਦਨਾਮ ਵੀ ਹੋ ਰਹੇ ਨੇ। 20 ਦਸੰਬਰ ਨੂੰ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਦੀ ਗੱਲ ਤਾਂ ਕਹੀ ਜਾ ਰਹੀ ਹੈ, ਪਰ ਵੇਖਣਾ ਹੋਵੇਗਾ ਕਿ ਇਸ ਵਿੱਚ ਜਥੇਦਾਰ ਧਿਆਨ ਸਿੰਘ ਮੰਡ ਦਾ ਸਾਥ ਦੇਣ ਵਾਲੇ ਕੌਣ ਹੁੰਦੇ ਨੇ। ਕੀ ਸੰਗਤ ਦੂਜੇ ਪੜਾਅ ਲਈ ਜਥੇਦਾਰ ਧਿਆਨ ਸਿੰਘ ਮੰਡ ਦਾ ਸਾਥ ਦੇਵੇਗੀ, ਜਾਂ ਫਿਰ ਇਸ ਨੂੰ ਵੀ ਕੋਈ ਨਵੀਂ ਚਾਲ ਸਮਝ ਕੇ ਹੁਣ ਛੱਡਿਆ ਜਾਵੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।